ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਗਈ ਮੀਟਿੰਗ 'ਚ ਅਹਿਮ ਫੈਸਲੇ ਲਏ ਗਏ। ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ, ਅਮਰਪ੍ਰੀਤ ਸਿੰਘ, ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਨੂੰਨੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਕਈ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਕੈਦ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਅਤੇ ਬਹਿਬਲ ਕਲਾਂ ਕੋਟਕਪੁਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ 1 ਅਕਤੂਬਰ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਚੰਡੀਗੜ੍ਹ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਜੋ ਪੰਜਾਬ ਅਤੇ ਕੇਂਦਰ ਸਰਕਾਰਾਂ ਜੋ ਜਾਣਬੁੱਝ ਕੇ ਸਿੱਖ ਕੌਮ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਨੂੰ ਹਲੂਣਾ ਦਿੱਤਾ ਜਾ ਸਕੇ। ਅੱਜ ਅਸੀਂ ਸ਼ਹੀਦਾਂ ਦੀ ਉਸ ਮਹਾਨ ਜਗ੍ਹਾ, ਮਹਾਨ ਅਸਥਾਨ 'ਤੇ ਫਤਿਹਗੜ੍ਹ ਸਾਹਿਬ ਬੈਠੇ ਹਾਂ, ਜਿੱਥੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਉਸ ਸਮੇਂ ਦੀਆਂ ਸਰਕਾਰਾਂ ਨੂੰ, ਜੱਜ ਨੂੰ ਨਿਰ ਉੱਤਰ ਕੀਤਾ ਅਤੇ ਸ਼ਹਾਦਤ ਪ੍ਰਾਪਤ ਕੀਤੀ ਹੈ ਖਾਲਸਾ ਪੰਥ ਦੀ। ਹਰ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣ ਲਈ, ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ 328 ਸੂਤਾਂ ਦਾ ਨਿਆਂ ਲੈਣ ਲਈ ਜਿਹੜਾ ਤਕਰੀਬਨ 20 ਮਹੀਨੇ ਅਤੇ 13 ਦਿਨ ਹੋ ਗਏ ਨੇ ਉਹ ਮੋਰਚਾ ਲੱਗੇ ਨੂੰ, ਕੌਮੀ ਇਨਸਾਫ ਮੋਰਚਾ, ਜੋ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਜਿਹੜਾ ਫਕੀਰ ਹੈ ਵਾਈਕੈ ਚੌਂਕ ਲੱਗਾ ਹੋਇਆ, ਉਹ ਤਿੰਨਾਂ ਸਰਕਾਰਾਂ ਹੀ ਦੋਸ਼ੀ ਨੇ ਉਹਦੇ ਵਿੱਚ, ਕੋਈ ਥੋੜ੍ਹੀ ਜਿਹੀ ਘੱਟ ਹੈ, ਕੋਈ ਵੱਧ ਹੈ। ਜਿਹੜੀ ਪੰਜਾਬ ਸਰਕਾਰ ਹੈ ਜਾਂ ਯੂਟੀ ਹੈ, ਕਹਿਣ ਤੋਂ ਭਾਵ ਸੈਂਟਰ ਸਰਕਾਰ ਅਤੇ ਦਿੱਲੀ ਸਰਕਾਰ, ਇਹ ਸਾਨੂੰ ਹਜੇ ਤੱਕ ਨਿਆਂ ਨਹੀਂ ਦੇ ਰਹੀ। ਇਸ ਵਾਸਤੇ ਬਹੁਤ ਵੱਡਾ ਰੋਸ ਮਾਰਚ ਕੱਢਣ ਜਾ ਰਹੇ ਹੈ, ਸਾਡੇ ਨਾਲ ਵੱਖਰੀਆਂ ਵੱਖਰੀਆਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਜ਼ਿਲ੍ਹਾ ਇੰਚਾਰਜ ਨੇ ਉਹ ਬੈਠੇ ਨੇ, ਧਾਰਮਿਕ ਸ਼ਖਸੀਅਤਾਂ ਬੈਠੀਆਂ ਨੇ। ਇਸ ਵਾਸਤੇ ਅਸੀਂ ਬੇਨਤੀ ਕਰਨ ਲੱਗੇ ਹਾਂ ਸਮੁੱਚੀ ਸਾਧ ਸੰਗਤ ਦੇ ਚਰਨਾਂ ਵਿੱਚ, ਜਿਹੜੇ ਜਿਹੜੇ ਆਵਾਜ਼ ਸੁਣਦੇ ਨੇ ਹਰ ਘਰ ਵਿੱਚੋਂ, ਘੱਟ ਤੋਂ ਘੱਟ ਉੱਦਣ ਇੱਕ ਜੀ ਜ਼ਰੂਰ ਇਸ ਰੋਸ ਮਾਰਚ ਆਵੇ। ਇਹ ਰੋਸ ਮਾਰਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਚੰਡੀਗੜ੍ਹ CM ਅਤੇ ਗਵਰਨਰ ਹਾਊਸ ਜਾਵੇਗਾ, ਚਾਹੇ ਭਾਈ ਸੂਰਤ ਸਿੰਘ ਨੇ ਰੱਖੀ ਸੀ, ਉਹਨਾਂ ਦੇ ਗੋਡੇ ਦੇ ਕੋਲ ਬੈਠ ਕੇ ਜਲ ਪਾਣੀ ਛਕਦੇ ਰਹੇ, ਆਖਦੇ ਰਹੇ ਕਿ ਤੁਸੀਂ ਬਹੁਤ ਸਹੀ, ਤੁਹਾਡੀ ਸੋਚ ਹੈ, ਬੰਦੀ ਸਿੰਘ ਤੁਰੰਤ ਰਿਹਾਅ ਹੋਣੇ ਚਾਹੀਦੇ ਨੇ। ਅਸੀਂ ਉਹ ਕੁਰਸੀ ਦੇਖਣੀ ਚਾਹੁੰਦੇ ਹਾਂ, ਉਹ ਕੁਰਸੀ ਨੂੰ ਕਿਹੜਾ ਭੂਤ ਪ੍ਰੇਤ ਚੰਬੜਿਆ ਕਿ ਜਿੰਨਾ ਚਿਰ ਮਨੁੱਖ ਉਸ CM ਦੀ ਕੁਰਸੀ 'ਤੇ ਬੈਠਾ ਨਹੀਂ ਹੁੰਦਾ, ਉਨਾ ਚਿਰ ਉਹ ਲੋਕਾਂ ਦਾ ਹੁੰਦਾ, ਲੋਕਾਂ ਦੀ ਸੋਚ, ਲੋਕਾਂ ਦੀ ਗੱਲ ਕਰਦਾ, ਲੋਕਾਂ ਕੋਲ ਬਹਿੰਦਾ, ਲੋਕਾਂ ਦੀ ਆਵਾਜ਼ ਹੁੰਦਾ। ਜਦੋਂ ਉਹ ਪਾਵਰ 'ਚ ਆਉਂਦਾ ਸਾਰਾ ਕੁਝ ਭੁੱਲ ਜਾਂਦਾ। ਅਸੀਂ ਯਾਦ ਕਰਵਾਉਣਾ ਚਾਹੁੰਦੇ ਕਿ ਅਸੀਂ ਕਿਉਂ ਬੈਠੇ ਹੋਏ ਹਾਂ, ਕਿੰਨੇ ਸਿਰ ਦੇ ਨਾਲ, ਦ੍ਰਿੜਤਾ ਦੇ ਨਾਲ ਉੱਥੇ ਬੈਠੇ ਹੋਏ ਹਾਂ। ਉਹ ਜਿਹੜਾ 1 ਤਰੀਕ ਨੂੰ, 1 ਅਕਤੂਬਰ ਨੂੰ ਰੱਖਿਆ ਹੋਇਆ ਮਾਰਚ, ਇੱਥੋਂ 10 ਵਜੇ ਚੱਲੇਗਾ, ਗਵਰਨਰ ਹਾਊਸ, CM ਹਾਊਸ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਜਾਣਦੇ ਹੋ ਕਿ ਲੰਬੇ ਸਮੇਂ ਤੋਂ ਜਿਹੜੇ ਸਾਡੇ ਬੰਦੀ ਸਿੰਘ ਆ, ਉਹ 30-32 ਸਾਲਾਂ ਤੋਂ ਜੇਲ੍ਹਾਂ ਵਿੱਚ ਅੱਜ ਵੀ ਕੈਦ ਆ, ਜਦਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ। ਅਤੇ ਅੱਜ ਅਸੀਂ ਜਿਹੜੀ ਇਹ ਪ੍ਰੈਸ ਕਾਨਫਰੰਸ ਕਰੀ ਆ ਸ਼ਹੀਦਾਂ ਦੀ, ਉਸ ਪਵਿੱਤਰ ਧਰਤੀ ਤੋਂ ਕਰ ਰਹੇ ਹਾਂ ਜਿੱਥੋਂ ਸਾਹਿਬਜ਼ਾਦਿਆਂ ਨੇ ਵੀ ਹੱਕ ਸੱਚ ਦੀ ਆਵਾਜ਼ ਦਾ ਸੁਨੇਹਾ ਦਿੱਤਾ, ਅਤੇ ਉਸੇ ਸੁਨੇਹੇ ਤੋਂ ਇਸ ਧਰਤੀ ਤੋਂ ਇੱਕ ਮੈਸੇਜ ਦੇਣ ਲੱਗੇ ਹਾਂ। ਸੰਗਤ ਦੇ ਬੇਨਤੀ ਹੈ ਕੌਮੀ ਇਨਸਾਫ ਮੋਰਚੇ ਵੱਲੋਂ ਕਿ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਸੰਬੰਧੀ
ਅਤੇ ਬਹਿਬਲ ਕਲਾਂ ਅਤੇ ਕੋਟਕਪੁਰਾ ਜਿਹੜਾ ਗੋਲੀ ਕਾਂਡ ਹੋਇਆ ਉਹਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਲਈ 1 ਤਰੀਕ ਨੂੰ ਇੱਥੋਂ ਇੱਕ ਭਾਰੀ ਰੋਸ ਮਾਰਚ ਜਾਣਾ ਚੰਡੀਗੜ੍ਹ ਲਈ, ਤਾਂ ਕਿ ਜਿਹੜੇ ਅਸੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਾ ਸਕੀਏ। ਸੋ ਉਹਦੇ ਲਈ ਜਿਹੜੀ ਅੱਜ ਇਹ ਪ੍ਰੈਸ ਕਾਨਫਰੰਸ ਕਰੀ ਆ ਅਤੇ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਕਿ ਵੱਧ ਚੜ੍ਹ ਕੇ ਇਸ ਇਕੱਠ ਵਿੱਚ ਸ਼ਮੂਲੀਅਤ ਕਰਨ। ਮੋਰਚੇ ਵੱਲੋਂ ਐਲਾਨ ਕੀਤਾ ਗਿਆ, ਸਾਰੀ ਸੰਗਤ ਨੂੰ ਬੇਨਤੀ ਹੈ ਕਿ 1 ਅਕਤੂਬਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਜਿਹੜਾ ਸਾਡਾ ਖਾਲਸਾ ਮਾਰਚ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ, ਉਹ ਮਾਰਚ ਮੁੱਖ ਮੰਤਰੀ ਦੀ ਕੋਠੀ ਅਤੇ ਗਵਰਨਰ ਹਾਊਸ ਪਹੁੰਚੇਗਾ। ਸੋ ਸਮੁੱਚੀ ਸੰਗਤ ਇਸ ਮਾਰਚ ਦਾ ਹਿੱਸਾ ਜ਼ਰੂਰ ਬਣੇ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।